You're listening to CNN Toronto, Chawla News Network Toronto. ਸਵਾਗਤ ਜੀ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਜਿਹੜੇ ਵੀਰ ਲੌਂਗ ਹਾਲ ਤੇ ਚੱਲਦੇ ਨੇ, ਆਊਟ ਆਫ ਰੇਂਜ ਹੋ ਜਾਓ, ਜੁੜੇ ਰਹਿਣਾ ਚਾਹੋ, ਤੁਹਾਡੇ ਵਾਸਤੇ ਸਪੈਸ਼ਲ ਅਸੀਂ ਪੇ ਕਰਕੇ ਇਹ ਨੰਬਰ ਲਏ ਨੇ 647-367-1320। ਔਰ ਕੈਨੇਡਾ ਦੇ ਵਿੱਚ ਇਹਨਾਂ ਨੰਬਰਾਂ 'ਤੇ, ਅਮੈਰੀਕਾ 'ਚ 641-741-1919। ਆਪਣੇ ਵਰਗੇ ਸੁਹਿਰਦ ਬੁੱਧੀਮਾਨ ਸਾਥੀਆਂ ਨੂੰ ਇਹ ਨੰਬਰ ਜ਼ਰੂਰ ਦੇ ਦੇਣਾ, ਧੰਨਵਾਦੀ ਹੋਵਾਂਗੇ। ਭਾਈ ਸਾਹਿਬ, ਚੋਣਾਂ ਦਾ ਬਿਗਲ ਵੱਜਾ ਹੋਇਆ, ਜੋੜ ਤੋੜ ਹੋ ਰਹੀ ਨੇ, ਮੀਣੋ ਮੀਣੀ ਹੋਏ ਨੇ ਲੀਡਰ ਸਾਡੇ, ਬਿਆਨ ਬੜੇ ਤਿੱਖੇ ਦੇ ਰਹੇ ਨੇ, ਬਿਆਨਾਂ ਦੇ ਉੱਤੇ ਤਾਂ ਕਿਸੇ ਵੇਲੇ ਹਾਸਾ ਵੀ ਆਉਂਦਾ, ਪਰ ਕੀ ਕਰੀਏ, ਇਹ ਰਾਜਨੀਤਿਕ ਲੋਕ ਨੇ। ਮਿੰਨਤ ਰਾਜ ਮਿੰਨਤ ਕਹਿੰਦਾ, ਹੰਸ ਰਾਜ ਹੰਸ ਤਾਂ ਰਹਿ ਨਹੀਂ ਦਿੱਤਾ, ਭਾਜਪਾ ਆਗੂ ਹੰਸ ਰਾਜ ਹੰਸ। ਕਿੱਥੇ ਲੋਕ ਇਸ ਦਰਵੇਸ਼ ਗਾਇਕ ਨੂੰ ਇੱਕ ਸਿਰਫ ਸ਼ਬਦ ਵਾਹਦਾ, ਆਓ ਵੇਖੋ ਸੜਕਾਂ 'ਤੇ ਅੱਗ। ਅਤੇ ਵੈਸੇ ਮੈਂ ਗੱਲ ਕਰਾਂ, ਅੱਗ ਲਫਜ਼ ਨੂੰ ਅਸੀਂ ਬੜਾ ਜਿਹੜਾ ਲੈ ਕੇ ਅਤੇ ਇਸ ਪਿਆਰੇ ਜਿਹੇ ਕਲਾਕਾਰ ਦਾ ਵਿਰੋਧ ਕੀਤਾ, ਮੈਂ ਪਿਆਰ ਕਲਾਕਾਰ ਨੂੰ ਕਹਿ ਰਿਹਾ, ਅਤੇ ਡਬਲ ਮੀਨਿੰਗ ਵਾਲੇ ਸਾਰੇ ਹੀ ਕਲਾਕਾਰਾਂ ਦੇ ਆਵਾਜ਼ਾਂ ਦੇ ਵਿੱਚ ਗੀਤ ਰਿਕਾਰਡ ਹੋਏ ਨੇ। ਕੋਈ ਮੈਨੂੰ ਦੱਸੋ ਮਾਈ ਦਾ ਲਾਲ ਅਜਿਹਾ ਕਲਾਕਾਰ ਜਿਹਨੇ ਡਬਲ ਮੀਨਿੰਗ ਵਾਲਾ ਨਹੀਂ ਗਾਇਆ, ਬਾਕੀ ਸਾਰਾ ਕੁਛ ਛੱਡ ਕੇ ਇੱਕ ਇਹਦਾ ਗੀਤ ਜਿਹੜਾ ਹੈ, ਉਹ ਵੇਖੋ ਸੜਕਾਂ 'ਤੇ ਅੱਗ, ਉਸ ਅੱਗ ਨੇ ਇਹਨੂੰ ਲੈ ਡੁੱਬਿਆ। ਜਿਵੇਂ ਸਾਡੇ ਬੱਤੀ ਵਾਲਾ ਵੀਰ ਜਿਹੜਾ ਪੰਜਾਬੀ ਇੱਕੋ ਸ਼ਬਦ ਆ, ਭਾਜਪਾ ਆਗੂ ਹੰਸ ਰਾਜ ਹੰਸ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਪੁਲਿਸ ਨੇ ਹੁਣ ਖਿੱਚ ਤੂ ਕੀਤੀ ਹੈ, ਮਾਮਲਾ ਵੱਧ ਗਿਆ, ਥਾਣੇ 'ਚ ਬੰਦ ਕੀਤਾ। ਕੀ ਹੰਸ ਰਾਜ ਹੰਸ ਹੁਣ ਬਾਕੀ ਦੇ ਪਿੰਡਾਂ ਦੇ ਵਿੱਚ ਵੀ ਜਾ ਕੇ ਪ੍ਰਚਾਰ ਕਰ ਸਕੇਗਾ, ਉੱਥੇ ਵਿਰੋਧ ਨਹੀਂ ਹੋਵੇਗਾ, ਕਿੰਨਾ ਕੁ ਡੱਕ ਲੈਣਗੇ ਕਿਸਾਨਾਂ ਨੂੰ? ਗੱਲ ਤੇ ਪ੍ਰਚਾਰ ਕਰਨ ਦੀ ਇਹ ਹੈ ਜੀ, ਵੇਖੋ ਜਦੋਂ ਕਿਸਾਨ ਵਿਰੋਧ ਕਰਦੇ ਉਹਦਾ ਮੈਸੇਜ ਲੋਕਾਂ ਦੇ ਜਵਾਬ ਮਰ ਜਾਂਦਾ। ਜੋ ਮਰਜ਼ੀ ਹੋਵੇ, ਅੱਜ ਵੀ ਲੋਕਾਂ ਦੀ ਹਮਦਰਦੀ ਭਾਜਪਾ ਨਾਲ ਨਹੀਂ, ਕਿਸਾਨਾਂ ਨਾਲ ਵਧੇਰੇ। ਜੇ ਕਿਸਾਨਾਂ ਨੂੰ ਵਿਰੋਧ ਕਰਦੇ ਹੋ ਤਾਂ ਵੀ ਠੀਕ, ਨਹੀਂ ਕਰਦੇ ਤਾਂ ਵੀ ਠੀਕ। ਜਿੱਦਾਂ ਧੂ ਧੂ ਕੇ ਅੱਜ ਗੱਡੀਆਂ ਸੁੱਟ ਕੇ ਇਲਾਕੇ ਲੈ ਕੁੜੀਆਂ ਨੂੰ ਲੈ ਕੇ ਗਏ ਨੇ, ਉਹ ਕੋਈ ਬੰਦਿਆਂ ਵਾਲੀ ਗੱਲ ਥੋੜ੍ਹੀ ਸੀ। ਫਿਰੋਜ਼ਪੁਰ ਫਰੀਦਕੋਟ ਦੇ ਇੱਕ ਪਿੰਡ ਅਰਾਈਆਂ ਵਾਲਾ, ਅਰਾਈਆਂ ਵਾਲਿਆਂ ਦੇ ਇੱਕ ਉਹਨਾਂ ਨੇ ਆਪਣੇ ਵਰਕਰ ਦੇ ਘਰ ਮੀਟਿੰਗ ਰੱਖੀ ਸੀ, ਮੀਟਿੰਗ ਕਰਨੀ ਸੀ ਤੇ ਇਹਨਾਂ ਜਾ ਕੇ ਸੜਕ ਤੇ ਰੋਕ ਦਿੱਤੀ ਵੀ ਤੈਨੂੰ ਅੱਗੇ ਨਹੀਂ ਜਾਣ ਦੇਣਾ। ਜਦੋਂ ਸੜਕ ਰੋਕੀ ਤੇ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਸੜਕ ਖਾਲੀ ਕਰ ਦਿਓ, ਇੰਨੇ ਮਿੰਟ ਦਿੱਤੇ ਆ, ਨਹੀਂ ਤੇ ਫਿਰ ਆਪਣੀ ਕਾਰਵਾਈ ਕਰਾਂਗੇ। ਜਦੋਂ ਕਿਸਾਨਾਂ ਨੇ ਸੜਕ ਨਹੀਂ ਖਾਲੀ ਕੀਤੀ ਤੇ ਫਿਰ ਪੁਲਿਸ ਜੋ ਕਰਦੀ ਹੁੰਦੀ ਹੈ, ਧੱਕਾ ਮੁੱਕੀ ਕਰਦੀ ਹੁੰਦੀ, ਧੂਕ ਸੀਟ ਕਰਦੀ ਹੁੰਦੀ ਹੈ, ਚੁੱਕ ਚੁੱਕ ਗੱਡੀਆਂ ਸੁੱਟਦੀ ਹੁੰਦੀ ਹੈ। ਉਹੀ ਕੀਤਾ ਜਿਹਦੀ ਆਸ ਸੀ, ਉਹਦੀ ਬਕਾਇਦਾ ਤੌਰ ਤੇ ਵੀਡੀਓ ਵਾਇਰਲ ਹੁੰਦੀਆਂ ਨੇ। ਜਦੋਂ ਵੀਡੀਓ ਵਾਇਰਲ ਹੁੰਦੀਆਂ, ਉਦੋਂ ਲੋਕਾਂ ਦੀ ਹਮਦਰਦੀ ਉਹਨਾਂ ਕਿਸਾਨਾਂ ਨਾਲ ਜ਼ਰੂਰ ਹੋ ਜਾਂਦੀ ਜੀ। ਹੁਣ ਹੰਸਰਾਂ ਜਾਂ ਹੰਸ ਨੂੰ ਇਹ ਗੱਲ ਦਾ ਪਤਾ ਵੀ ਸੀ ਵੀ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਹੋਏਗਾ। ਜਲੰਧਰ ਦੇ ਵਿੱਚ ਵੀ ਸੁਸ਼ੀਲ ਰਿੰਕੂ ਦੇ ਬਕਾਇਦਾ ਤੌਰ ਤੇ ਇੱਕ ਆਦਮੀ ਜਿਹੜਾ ਸਾਬਕਾ ਨਗਰ ਪੰਚਾਇਤ ਦਾ ਪ੍ਰਧਾਨ ਸੀ, ਉਹਨੂੰ ਆਪਣੀ ਭਾਜਪਾ ਜੁਆਇਨ ਕਰਾਉਣੀ ਸੀ। ਜਦੋਂ ਕਿਸਾਨਾਂ ਨੇ ਜਾ ਕੇ ਉਹਨੂੰ ਰੋਕਿਆ ਵੀ ਨਹੀਂ ਜਾਣਾ ਤੈਨੂੰ ਅੱਗੇ, ਉੱਥੇ ਵੀ ਧੂਕ ਸੀਟ ਹੋਈ ਆ, ਉੱਥੇ ਤੇ ਅੰਜ ਭਤਕ ਕੇ ਕੰਧਾਂ ਲਾਉਣ ਡੇ ਪੁਲਿਸ ਵਾਲੇ, ਜਿਵੇਂ ਮੇਰੇ ਪੰਡਾਂ ਹੁੰਦੀਆਂ ਕੋਈ ਕਿਸਾਨ। ਇਹਨਾਂ ਦਾ ਗੱਲਾਂ ਦਾ ਮਾੜਾ ਅਸਰ ਭਾਜਪਾ ਤੇ ਵੀ ਪੈਂਦਾ ਤੇ ਬਾਕੀ ਪਾਰਟੀ ਤੇ ਪੈਂਦਾ ਵੀ ਇਹ ਹੋ ਕੀ ਰਿਹਾ ਸਾਡੇ। ਕਿਸਾਨਾਂ ਨੂੰ ਮੈਂ ਇਹ ਗੱਲ ਕਹੂੰਗੀ, ਤੁਸੀਂ ਵਿਰੋਧ ਜ਼ਰੂਰ ਕਰੋ,
ਤੁਹਾਨੂੰ ਕਿੰਨੀ ਵਾਰੀ ਕਹਿ ਚੁੱਕੇ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਆਹ 11 ਸਵਾਲ ਨੇ ਇਹ ਪੁੱਛੋ ਇਹਨਾਂ ਨੂੰ, ਇਹ ਜਵਾਬ ਦੇਣ ਤਾਂ ਵੀ ਠੀਕ ਹੈ, ਨਹੀਂ ਦੇਣ ਤੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਪਾ ਦਿਓ, ਵਿਰੋਧ ਨਾ ਕਰੋ ਤੁਸੀਂ ਇਹਨਾਂ ਦਾ। ਲੇਕਿਨ ਕੁਛ ਲੋਕ ਜਿਹੜੇ ਕਿਸਾਨ ਉਹ ਵੀ ਜਜ਼ਬਾਤ 'ਚ ਆ ਜਾਂਦੇ ਵੀ ਨਹੀਂ ਅਸੀਂ ਵਿਰੋਧ ਕਰਨਾ ਹੀ ਕਰਨਾ ਵਾ, ਉਹ ਵੀ ਗੱਲ ਠੀਕ ਨਹੀਂ ਹੈਗੀ, ਉਹਨਾਂ ਪ੍ਰਚਾਰ ਕਰਨ ਦਾ ਅਧਿਕਾਰ ਕਰਨੇ ਉਹਨਾਂ ਨੂੰ। ਦੂਜੇ ਪਾਸੇ ਪਾਟੀ ਸਾਹਿਬ, ਸੋਰੀ ਟੂ ਇੰਟਰਪਟ ਯੂ, ਰਾਜਨੀਤਿਕ ਜਿਹੜੇ ਚਾਨਕੀਆਂ ਹੁੰਦੇ ਨੇ ਉਹਨਾਂ ਨੇ ਆਪਣੇ ਬੰਦਿਆਂ ਦੀ ਘੁਸਪੈਠ ਵੀ ਕਰਵਾਈ ਹੁੰਦੀ ਹੈ, ਗੰਢ ਤੋਪ ਵੀ ਕੀਤੀ ਹੁੰਦੀ ਹੈ। ਇਹ ਸੱਚ ਹੈ ਚਾਹੇ ਮੰਨੇ ਚਾਹੇ ਨਾ ਮੰਨੇ, ਹਰ ਖੇਤਰ ਦੇ ਵਿੱਚ ਉਸ ਵਣਗੀ ਵਰਗਾ ਬਣ ਕੇ, ਮਤਲਬ ਸਿੱਖੀ ਪਹਿਰਾਵੇ ਦੇ ਵਿੱਚ ਤਾਂ ਆਉਣਾ ਹੀ ਬੜਾ ਸੌਖਾ, ਸਿੱਖ ਹੋਣਾ ਦੂਰ ਦੀ ਗੱਲ ਹੈ, ਸਿੱਖੀ ਨੂੰ ਪਰਨਾਏ ਹੋਣਾ ਬੜੀ ਦੂਰ ਦੀ ਗੱਲ ਹੈ, ਸਿੱਖ ਦਿਖਾਈ ਦੇਣਾ ਤਾਂ ਮੈਂ ਕਹਿੰਦਾ ਵੀ 10 ਦਿਨ ਤੁਸੀਂ ਦਾੜੀ ਮੁੱਛਾਂ ਰੱਖ ਲਓ, ਪੱਗ ਬੰਨ ਲਓ ਅਤੇ ਲੱਗਦਾ ਸਿੱਖ, ਅੰਦਰੋਂ ਭਾਵੇਂ ਸਿਰੇ ਦੀ ਖੱਚ ਹੋਵੇ। ਸੋ ਇਹੋ ਜਿਹੀਆਂ ਖੱਚਾਂ ਜਿਹੜੀਆਂ ਨੇ ਅੰਦਰ ਵਾੜੀਆਂ ਹੁੰਦੀਆਂ ਨੇ, ਜਿਹੜੀਆਂ ਉਸ ਜਿਹੜਾ ਵੀ ਪ੍ਰੋਗਰਾਮ ਉਹਨੂੰ ਤਾਰ ਪੀਂਡੋ ਕਰਨਾ ਹੁੰਦਾ ਉਹਨਾਂ ਨੇ, ਉਹ ਹੈਗਾ ਨਾ ਮਾਈ ਅਗਲਾਈ ਅਤੇ ਡੱਬੂ ਕੰਧ 'ਤੇ ਉਹ ਸ਼ਰਾਰਤ ਕਰਕੇ ਖਿਸਕ ਜਾਂਦੇ ਨੇ, ਡਾਂਗਾ ਖਾਣ ਵਾਲੇ ਕੁਝ ਹੋਰ ਹੁੰਦੇ ਨੇ, ਸ਼ਰਾਰਤੀ ਕੁਝ ਵਾੜੇ ਹੁੰਦੇ ਨੇ ਵਿੱਚ। ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ 'ਚ ਕੋਈ ਸ਼ੱਕ ਨਹੀਂ ਵੀ ਬੰਦੇ ਵਾੜੇ ਹੁੰਦੇ। 26 ਜਨਵਰੀ 2021 ਦਾ ਜਿਹੜਾ ਸੀਗਾ ਉਹ ਸੈਬੋਟੇਜ ਕਿਹਨੇ ਕੀਤਾ ਸੀਗਾ? ਬਿਲਕੁਲ, ਉਹ ਬੰਦੇ ਨੰਗੇ ਵੀ ਬਾਅਦ 'ਚ ਹੋ ਗਏ ਵੀ ਇਹ ਵਿਅਕਤੀ ਸਨ ਜਿਹਨਾਂ ਨੇ ਭਾਜਪਾ ਦੇ ਕਹਿਣ 'ਤੇ ਇਹਨੂੰ ਜਿਹੜਾ ਸੀ ਉਹ ਗਲਤ ਪਾਸੇ ਦਿਸ਼ਾ ਦਿੱਤੀ। ਅੱਜ ਵੀ ਉਹ ਬੰਦੇ ਵੱਖਰੀ ਡਫਰੀ ਬਜਾ ਰਹੇ ਨੇ ਆਪਣੀ, ਉਹ ਲੇਕਿਨ ਭਾਜਪਾ ਨੇ ਸੁਣੀ ਨਹੀਂ ਉਹਨਾਂ ਦੀ, ਜਦੋਂ ਭਾਜਪਾ ਨੇ ਸੁਣੀ ਨਹੀਂ ਤੇ ਹੁਣ ਉਹਦੇ ਖਿਲਾਫ ਤੁਰੇ ਫਿਰਦੇ ਨੇ। ਮੈਂ ਨਾਂ ਕੀ ਲੈਣਾ, ਸਭ ਨੂੰ ਪਤਾ ਹੀ ਉਹਦੇ ਬਾਰੇ। ਠੀਕ ਹੈ, ਇੱਕ ਲੀਡਰ ਬਾਰੇ ਤੇ ਇਹ ਪਈ ਸੀ ਕਿਸਾਨ ਜਿਹੜੀ ਸੰਘ ਆ, ਕਿਸਾਨ ਭਾਰਤੀ ਕਿਸਾਨ ਸੰਘ ਦਾ ਉਹ ਆਗੂ ਲੀਡਰ ਰਿਹਾ ਪਹਿਲਾਂ ਬੜਾ ਵੱਡਾ, ਉਹਦੇ ਤੇ ਦੋਸ਼ ਵੀ ਲੱਗੇ ਸੀ ਬੜੇ। ਜਿਹੜੇ ਦੂਸਰੀ ਸੀ ਧਿਰ, ਉਹ ਕਦੀ ਵੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਸੀ ਰਹੀ ਉੱਥੇ ਦਿੱਲੀ ਦੇ ਵਿੱਚ, ਲੇਕਿਨ ਉਹਨਾਂ ਨੂੰ ਸਭ ਤੋਂ ਅੱਗੇ ਲਿਆ ਕੇ ਬਿਠਾਤਾ ਸੀ ਵੀ ਤੁਸੀਂ ਇੱਥੇ ਬੈਠੋ, ਤੁਹਾਨੂੰ ਕੋਈ ਰੋਕਦਾ ਨਹੀਂ ਜੀ। ਉਹਨਾਂ ਹੀ ਗੜਬੜ ਕੀਤੀ ਸੀ ਜੋ, ਇਸ ਕਰਕੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਵੀ ਘੁਸਪੈਠ ਸਰਕਾਰਾਂ ਵੀ ਕਰਾਉਂਦੀਆਂ ਤੇ ਪਾਰਟੀਆਂ ਵੀ ਕਰਾਉਂਦੀਆਂ, ਭਾਈ ਤੁਸੀਂ ਆ ਇੰਨਾ ਕੁ ਕੰਮ ਕਰ ਦਿਓ ਬਾਕੀ ਅਸੀਂ ਆਪੇ ਵੇਖ ਲਾਂਗੇ। ਬਿਲਕੁਲ, ਇਸ ਕਰਕੇ ਘੁਸਪੈਠ ਹੁੰਦੀ ਆ। ਲੇਕਿਨ ਫੇਰ ਵੀ ਜੇ ਮੈਂ ਗੱਲ ਕਵਾਂ ਵੀ ਕਿਸਾਨ ਜਿੰਨੇ ਕੁ ਵਿਰੋਧ ਕਰ ਰਹੇ, ਜਿੱਦਾਂ ਰਾਜੇਵਾਲ ਸਾਹਿਬ ਨੇ 5 ਮਿੰਟ ਕਮੇਟੀ ਬਣਾਈ, 5 ਮਿੰਟ ਰਿਪੋਰਟ ਦਿੱਤੀ, ਇਹ 11 ਸਵਾਲ ਨੇ। ਇੱਕ ਜਗ੍ਹਾ ਤੇ ਬਕਾਇਦਾ ਤੌਰ ਤੇ ਹੰਸਰਾਜ ਹੰਸ ਨੂੰ ਖੜਿਆ ਕਰਕੇ ਕਿਸਾਨ ਸਵਾਲ ਕਰ ਰਹੇ ਨੇ ਵੀ ਸਾਨੂੰ ਜਵਾਬ ਦੇ ਦਿਓ ਇਹਨਾਂ ਦਾ, ਉਹਦੇ ਕੋਲ ਕੋਈ ਜਵਾਬ ਨਹੀਂ। ਤੁਹਾਨੂੰ ਪਤਾ ਹੋਏਗਾ ਜੀਰਾ ਜਿਹੜੀ ਮਿੱਲ ਲੱਗੀ ਹੈ ਉੱਥੇ, ਉੱਥੇ ਸੁਖਬੀਰ ਸਿੰਘ ਬਾਦਲ ਗਿਆ ਸੀ, ਉੱਥੇ ਵੀ ਕਿਸਾਨਾਂ ਨੇ ਸਵਾਲ ਕੀਤੇ ਸੀ ਉਹਨਾਂ ਨੂੰ ਵੀ ਤੁਹਾਡੇ ਵੇਲੇ ਤੇ ਇਹ ਮਿੱਲ ਲੱਗੀ ਹੈ, ਤੁਹਾਡੇ ਵੇਲੇ ਤੁਸੀਂ ਕਿਵੇਂ ਨਾ ਦਿੱਤੀ? ਲੋਕਲ ਬੰਦਿਆਂ ਦੀ ਰਜਾਮੰਦਗੀ ਨਹੀਂ, ਬਾਹਰੋਂ ਤੁਸੀਂ ਰਜਾਮੰਦੀਆਂ ਲੈ ਕੇ ਉਹ ਲਵਾਤੀ ਮਿੱਲ ਜੀ, ਤੁਸੀਂ 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 ਜਵਾਬ ਦਿਓ ਉਹਦੇ ਬਾਰੇ ਜੀ। ਇਹ ਆ ਸਵਾਲ ਪੁੱਛਣ ਦਾ ਤਰੀਕਾ। ਬਿਲਕੁਲ, ਜਦੋਂ ਰੋਕੋਗੇ ਤੇ ਫਿਰ ਪੁਲਿਸ ਵੀ ਆਪਣੀ ਕਾਰਵਾਈ ਕਰੇਗੀ, ਜੇ ਸਵਾਲ ਪੁੱਛੋਗੇ ਤੇ ਫਿਰ ਪੁਲਿਸ ਤੁਹਾਡਾ ਸਾਥ ਦੇਗੀ ਵੀ ਹਾਂ ਸਵਾਲ ਪੁੱਛਣ ਤੁਹਾਡਾ ਅਧਿਕਾਰ ਆ ਜੀ। ਪਾਟੀ ਸਾਹਿਬ, ਇਸ ਕਰਕੇ ਜਿੱਥੇ ਵੀ ਲੀਡਰ ਜਾਂਦੇ ਨੇ ਉੱਥੇ ਵਿਰੋਧ ਕਿਸਾਨ ਕਰ ਰਹੇ ਨੇ ਇਹਨਾਂ ਦਾ ਭਾਜਪਾ ਵਾਲਿਆਂ ਦਾ ਜੀ। ਥੋੜੇ ਸਮੇਂ ਦੇ ਵਿੱਚ ਇੱਕ ਲਹਿਰ ਬਣ ਕੇ ਉਭਰਿਆ ਨੌਜਵਾਨ, ਛੋਟਾ ਜਿਹਾ ਪਿੰਡ ਹੈ, ਰਈਏ ਤੋਂ ਥੋੜਾ ਜਿਹਾ ਹਟ ਕੇ ਹੈ,
ਔਰ ਇਹ ਪੰਥਕ ਏਰੀਆ ਹੈ ਜਿਹਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਆਗੂ ਹੋਏ ਨੇ ਇਸ ਏਰੀਏ ਦੇ ਵਿੱਚੋਂ ਕਾਫੀ। ਖਡੂਰ ਸਾਹਿਬ ਅੱਠ ਗੁਰੂ ਸਾਹਿਬਾਨਾਂ ਦੀ ਪਾਵਨ ਪਵਿੱਤਰ ਛੋਹ ਚੰਨ ਪ੍ਰਾਪਤ ਧਰਤੀ ਹੈ ਏਰੀਆ ਹੈ, ਇਹਦੇ ਵਿੱਚ ਇਹ ਪਿੰਡ ਆਉਂਦਾ ਹੈ ਜਲੂਪੁਰ ਖੇੜਾ। ਉੱਥੋਂ ਛੋਟੀ ਜਿਹੀ ਉਮਰ ਦਾ ਇਹ ਨੌਜਵਾਨ ਆਪਣਾ ਕੰਮਕਾਰ ਦੁਬਈ 'ਚੋਂ ਛੱਡ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਵਾਉਣ ਵਾਸਤੇ ਇੱਕ ਲਹਿਰ ਬਣ ਕੇ ਉੱਭਰਦਾ ਹੈ। ਉਹਦੇ ਮੂੰਹ 'ਚ ਕੋਈ ਸਵਾਲ ਪਾਏ ਜਾਂਦੇ ਨੇ, ਸਵਾਲਾਂ ਦਾ ਜਵਾਬ ਦੇਣ ਲੱਗਿਆਂ ਥੋੜ੍ਹਾ ਜਿਹਾ ਗਰਮਜੋਸ਼ੀ ਇੱਕ ਮਾਝੇ ਦਾ, ਉੱਥੋਂ ਪੇਂਡੂ ਸੁਭਾਅ ਅੱਖੜ ਸੁਭਾਅ ਕੋਈ ਸਵਾਲਾਂ ਦੇ ਜਵਾਬ ਦੇ ਬੈਠਾ। ਉਹ ਆਧਾਰ ਦੇ ਉੱਤੇ ਜਿਵੇਂ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਜਿਵੇਂ ਇਹਨਾਂ ਨੇ ਥੋੜ੍ਹਾ ਜਿਹਾ ਗਲਤੀ ਕੀਤੀ ਆਪਾਂ ਉਹ ਨਹੀਂ ਵਾਰ ਵਾਰ ਦੁਹਰਾਉਂਦੇ। ਭਾਈ ਅੰਮ੍ਰਿਤਪਾਲ ਸਿੰਘ ਇੱਕ ਲਹਿਰ ਬਣਿਆ, ਲਹਿਰ ਬਣਨ ਦੇ ਨਾਲ ਪੰਥਕ ਹਲਕਿਆਂ ਦੇ ਵਿੱਚ ਬੜੀ ਚੜ੍ਹਾਈ ਹੋਈ। ਕੁਝ ਫੈਸਲੇ ਹੋ ਸਕਦਾ ਕਿ ਅਣਜਾਣਪੁਣੇ ਦੇ ਵਿੱਚ ਲਏ, ਪਰ ਆਜ਼ਾਦ ਚੋਣ ਲੜਨ ਵਾਸਤੇ ਉਹਨਾਂ ਨੂੰ ਕਿਹਾ ਜਾ ਰਿਹਾ। ਔਰ ਇਹ ਪਤਾ ਲੱਗਾ ਕਿ ਆਜ਼ਾਦ ਚੋਣ ਲੜਨ ਵਾਸਤੇ ਉਹਨਾਂ ਨੇ ਹਾਂ ਕਰ ਦਿੱਤੀ ਇਸ ਹਲਕੇ ਦੇ ਵਿੱਚੋਂ। ਹੁਣ ਇਸ ਹਲਕੇ ਦੇ ਲੋਕ ਕਿੰਨਾ ਕਿੰਨਾ ਨੂੰ ਸਤਿਕਾਰ ਦੇਣਗੇ ਇਹ ਤਾਂ ਸਮੇਂ ਦੀ ਬੋਕਲ ਦੇ ਵਿੱਚ ਹੈ, ਪਰ ਇਹ ਉਹੀ ਹਲਕਾ ਹੈ ਜਿਸ ਹਲਕੇ ਦੇ ਵਿੱਚ 25,000 ਲਾਵਾਰਸ ਲਾਸ਼ਾਂ ਦੇ ਵਾਰਸ ਨੂੰ ਕਹਿ ਕੇ ਖਾਲੜਾ 25 ਨਹੀਂ 25,000 ਇੱਕ ਤਾਂ ਉਸੇ ਬਿਆਸ ਨਦੀ ਦੀਆਂ ਬਿਆਸ ਦਰਿਆ ਦੀਆਂ ਮੱਛੀਆਂ ਦਾ ਸ਼ਿਕਾਰ ਬਣਾ ਦਿੱਤਾ ਸੀ। ਇਸ ਹਲਕੇ ਦੀਆਂ ਮਾਵਾਂ ਦੇ ਪੁੱਤ ਨੇ, ਭੈਣਾਂ ਦੇ ਭਰਾ ਨੇ, ਬਾਪੂਆਂ ਦੀ ਨਗੋਰੀ ਜਿਹੜੇ ਲੱਭਦੇ ਨਹੀਂ। ਹੁਣ ਇਸ ਹਲਕੇ ਦੇ ਵਿੱਚ ਇੱਕ ਤਾਂ ਲਹਿਰ ਉਹ, ਇਹ ਤਾਂ ਸੰਤਾਪ ਹੰਡਾਇਆ। ਦੂਜਾ ਨਸ਼ੇ ਨੇ ਇਸ ਹਲਕੇ ਦੇ ਵਿੱਚ ਜੋ ਘਰਾਂ ਦੇ ਵਿੱਚ ਵੈਣ ਪੁਆਏ ਨੇ ਉਹ ਸੁਣੇ ਨਹੀਂ ਜਾਂਦੇ। ਕੀ ਤੁਹਾਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜਨਗੇ, ਆਜ਼ਾਦ ਚੋਣ ਲੜ ਸਕਦੇ ਨੇ? ਅੱਛਾ, ਜੇ ਚੋਣ ਲੜ ਸਕਦੇ ਨੇ, ਕੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਣਿਤ ਹੈ ਬਾਦਲ ਦਾ ਵਿਗੜ ਸਕਦਾ? ਵੇਖੋ, 1993 ਦੇ ਵਿੱਚ ਇਹ ਜਵਾਨ ਪੈਦਾ ਹੁੰਦਾ, ਪਲੱਸ ਟੂ ਕਰਦਾ ਤੇ ਬਾਹਰ ਚਲ ਜਾਂਦਾ ਡਬਈ ਦੇ ਵਿੱਚ, ਟਰੱਕ ਚਲਾਉਂਦਾ ਵਾ, ਕਾਫੀ ਤਕੜਾ ਕਾਰੋਬਾਰ ਕਰਦਾ। ਤੇ ਉਹਨਾਂ ਦਿਨਾਂ ਚ ਇਹ ਬਕਾਇਦਾ ਤੌਰ ਤੇ ਦੀਪਸ ਦੇ ਕੰਟੈਕਟ ਚ ਆਉਂਦਾ, ਫੇਸਬੁੱਕ ਤੇ ਆਉਂਦਾ ਵਾ, ਵਟਸਐਪ ਤੇ ਆਉਂਦਾ ਵਾ, ਉਹ ਸਾਰਾ ਤੇ ਇਹ ਸੋਸ਼ਲ ਮੀਡੀਆ ਤੇ ਵਟਸਐਪ ਨਾਲ ਬੜੀਆਂ ਪੋਸਟਾਂ ਬੜੀਆਂ ਪਾਉਂਦਾ, ਕਰਾਰੀਆਂ ਪੋਸਟਾਂ ਪਾਉਂਦਾ ਰਿਹਾ ਉੱਥੋਂ, ਇਹਦੀ ਗੱਲ ਨਹੀਂ ਪਾਉਂਦਾ। ਤੇ ਜਿਹੜਾ ਸੁਖਦੀਪ ਸਿੱਧੂ ਸੀਗਾ, ਉਹਨੇ 30 ਸਤੰਬਰ 2021 ਨੂੰ ਬਕਾਇਦਾ ਤੌਰ ਤੇ ਵਾਰਸ ਪੰਜਾਬ ਦੀ ਜਿਹੜੀ ਆ ਸੰਗਠਨ ਇਹਦੀ ਸਥਾਪਨਾ ਕੀਤੀ, ਤੇ 26 ਜਨਵਰੀ 2021 ਨੂੰ ਜਿਹੜਾ ਬਕਾਇਦਾ ਤੌਰ ਤੇ ਘਟਨਾ ਵਾਪਰੀ ਸੀ ਉਹਦੇ ਲਈ ਮੁੱਖ ਦੋਸ਼ੀ ਦੇ ਤੌਰ ਤੇ ਵੀ ਦੀਪ ਸਿੱਧੂ ਗਰਦਾਨਿਆ ਗਿਆ ਸੀ। ਕਿੱਦਾਂ ਝੰਡਾ ਚਲਾਉਂਦੇ, ਕਿਵੇਂ ਕਰਦੇ, ਕਿਵੇਂ ਬੂਹੇ ਖੁੱਲਦੇ, ਕਿੱਦਾਂ ਮੋਟਰਸਾਈਕਲ ਭਾਈ ਤੇ ਸਾਰਾ ਗਿਆ ਸੀ, ਚਲੋ ਦੀਪ। ਤੇ 15 ਫਰਵਰੀ 2022 ਨੂੰ ਇੱਕ ਐਕਸੀਡੈਂਟ ਦੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਜੀ। ਉਸ ਤੋਂ ਬਾਅਦ ਇਹ ਵਾਰਸ ਪੰਜਾਬ ਦਾ ਵਾਰਸ ਬਣਦਾ ਅੰਮ੍ਰਿਤਪਾਲ ਸਿੰਘ। 29 ਸਤੰਬਰ 2022 ਨੂੰ ਬਕਾਇਦਾ ਤੌਰ ਤੇ ਇਹਦੀ ਜਿਹੜੀ ਤਾਜਪੋਛੀ ਰੋਡੇ ਪਿੰਡ ਦੇ ਗੁਰਦੁਆਰੇ ਚ ਹੁੰਦੀ ਆ, ਸੰਤ ਭਿੰਡਰ ਵਾਲੇ ਦੇ ਪਿੰਡ ਦੇ ਵਿੱਚ। ਬੜੀ ਲੋਕ ਆਉਂਦੇ, ਬੜੀ ਜਨਤਾ ਆਉਂਦੀ ਵੀ ਵਾਰਸ ਪੰਜਾਬ ਜਥੇਬੰਦੀ ਦੀ ਅੱਜ ਅਸੀਂ ਤਾਜਪੁੱਛੀ ਕਰਦੀ। ਖੈਰ ਚਲੋ, ਇਹ ਧਰਮ ਪ੍ਰਚਾਰ ਦਾ ਕੰਮ ਕਰਦਾ ਵਾ, ਨਸ਼ਿਆਂ ਦੇ ਖਿਲਾਫ ਲੜਦਾ ਵਾ, ਇਹ ਸਾਰੇ ਕੰਮ ਕਰਦਾ, ਤੁਰਿਆ ਰਹਿੰਦਾ ਵਾ, ਕਿਤੇ ਕਿਤੇ ਜਾਂਦਾ, ਆਪਣੀ ਗੱਲ ਕਰਦਾ, ਗੱਲ ਕਰਨੀ ਆਪਣੀ ਤਰੀਕੇ ਤੇ ਸਪੀਕਰ ਨਾਲ ਆਉਂਦੀ ਸੀ ਇਹਨੂੰ।
ਹਰ ਸਵਾਲ ਦਾ ਜਵਾਬ ਆਉਂਦਾ ਸੀਗਾ, ਪੂਰਾ ਪ੍ਰਪੇਅਰ ਸੀਗਾ। ਲੇਕਿਨ ਜਿਹੜਾ ਫਰਵਰੀ 2023 ਨੂੰ ਇਹ ਥਾਣੇ ਤੇ ਹਮਲਾ ਕਰਦਾ ਤੇ 6 ਬਕਾਇਦਾ ਤੌਰ ਤੇ ਮੁਲਾਜ਼ਮ ਫੱਟ ਉੱਠਦੇ, ਉੱਥੋਂ ਫਿਰ ਇਹਦੀ ਪੁੱਠੀ ਗਿਣਤੀ ਸ਼ੁਰੂ ਹੁੰਦੀ। ਉਦੋਂ ਬਾਅਦ ਕਿੰਨੇ ਇਲਜ਼ਾਮ ਲੱਗਦੇ ਜੀ, ਵੇਖੋ ਜੀ ਇਹਨਾਂ ਉੱਥੇ ਜਿਹੜੀ ਟ੍ਰੇਨਿੰਗ ਸੈਂਟਰ ਬਣਾ ਲਿਆ ਜੀ, ਹਥਿਆਰ ਫੜੇ ਗਏ ਜੀ, ਉੱਥੇ ਦਾ ਜੱਲੂ ਪਰ ਖੇੜਾ ਜਿਹੜਾ ਢਾਬ ਹੈ ਉੱਥੇ ਜੀ ਨਰੇਂਜ ਬਣਾ ਲਈ ਆ ਜੀ, ਉੱਥੇ ਸਿਖਲਾਈ ਦਿੰਦੇ ਜੀ, ਫਿਰਕੇ ਦਿੰਦੇ ਜੀ। ਤੇ 18 March 2023 ਨੂੰ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ, ਗ੍ਰਿਫਤਾਰੀ ਵੀ ਉਸੇ ਰੋਡੇ ਪਿੰਡ ਚ ਹੁੰਦੀ। ਹੁਣ ਉਹ ਉਦੋਂ ਤੋਂ ਜੇਲ੍ਹ ਚ ਬੈਠਾ ਵਾ, ਜੇਲ੍ਹ ਚ ਬੈਠਣ ਤੋਂ ਬਾਅਦ ਵੀ ਉੱਥੇ ਬੜੀਆਂ ਤੱਤੀਆਂ ਠੰਡੀਆਂ ਹੋ ਗਈਆਂ, ਕਈ ਵਾਰੀ ਸਟ੍ਰਾਈਕ ਕੀਤੀ, ਭੁੱਖ ਹੜਤਾਲ ਕੀਤੀ, ਇਹਨਾਂ ਤੇ ਇਲਜ਼ਾਮ ਲੱਗੇ, ਚਲੋ ਉਹ ਗੱਲਾਂ ਵੱਖਰੀਆਂ ਨੇ। ਇਹਨਾਂ ਦੇ ਵਕੀਲ ਨੇ ਰਾਜਦੇਵ ਸਿੰਘ, ਜਿਨ੍ਹਾਂ ਤੇ ਇੱਕ ਦੋਸ਼ ਲੱਗਦਾ ਵੀ ਉਹ RSS ਦੇ ਵਰਕਰ ਨੇ, ਔਰ ਉਹ ਮੰਨਦੇ ਨੇ ਕਿ ਮੇਰੀ RSS ਨਾਲ ਬਹੁਤ ਚੰਗੇ ਸੰਬੰਧ ਨੇ, ਕਹਿੰਦੇ ਨੇ, ਰਾਸ਼ਟਰੀ ਸਿੰਘ ਦਾ ਆਪਣਾ ਨੁਮਾਇੰਦਾ ਵੀ ਦੱਸਦੇ ਨੇ ਆਪਣੇ। ਬੇਸਿਕਲੀ ਪੇਸ਼ੇ ਤੋਂ ਉਹ ਐਡਵੋਕੇਟ ਨੇ ਤੇ 1999 ਦੀਆਂ ਚੋਣਾਂ ਵਿੱਚ ਸੰਗਰੂਰ ਦੇ ਵਿੱਚ ਜੋ ਇੱਕ ਲਹਿਰ ਚੱਲੀ ਸੀ ਉਸ ਲਹਿਰ ਚ ਉਹ MP ਬਣੇ। ਹਾਂਜੀ ਹਾਂਜੀ। ਹੁਣ ਉਹ ਇਹਨਾਂ ਦੇ ਵਕੀਲ ਬਣ ਗਏ, ਉਹਨਾਂ ਦੇ ਵਕੀਲ ਜੇ ਰਾਜਦੇਵ ਸਿੰਘ, ਉਹਨਾਂ ਨੇ ਇਹ ਬਕਾਇਦਾ ਤੌਰ ਤੇ ਦਾਅਵਾ ਕੀਤਾ ਜੀ ਮੈਂ ਅੱਜ ਆਸਾਮ ਦੇ ਵਿੱਚ ਹਾਂ ਤੇ ਮੇਰੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਤਰਨ ਤਾਰਨ ਤੋਂ ਆਪਣੀ ਇਲੈਕਸ਼ਨ ਲੜਨ ਦੀ ਹਾਮੀ ਭਰ ਦਿੱਤੀ ਹੈ। ਇਸੇ ਮੰਚ ਤੇ ਆਪਾਂ 1 ਮਹੀਨਾ ਪਹਿਲਾਂ ਕਿਹਾ ਸੀ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਆ ਉਹ ਇਲੈਕਸ਼ਨ ਤਰਨ ਤਾਰਨ ਤੋਂ ਲੜ ਸਕਦੇ ਆ। ਹੁਣ ਜਿਹੜੀ ਗਣਤ ਦੀ ਗੱਲ ਕਰਦੇ ਹਾਂ ਆਪਾਂ, 2019 ਦੇ ਵਿੱਚ ਅਕਾਲੀਆਂ ਦਾ ਗਣਿਤ ਜਿਹੜਾ ਸੀ ਉਹ ਬੀਬੀ ਖਾਲੜਾ ਪਰਮਜੀਤ ਖਾਲੜਾ ਵਿਗਾੜਦਾ ਸੀਗਾ, 3 lakh ਸਮਥਿੰਗ ਵੋਟਾਂ ਇਹ ਲੈ ਕੇ ਗਈ ਸੀਗੀ ਬੀਬੀ ਜਗੀਰ ਕੌਰ ਤੇ 2 lakh ਸਮਥਿੰਗ ਉਹ ਲੈ ਕੇ ਗਈ ਤੇ 4 lakh ਸਮਥਿੰਗ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਮਿਲੀਆਂ ਸੀ ਵੋਟਾਂ ਜਸਬੀਰ ਸਿੰਘ ਡਿੰਪਾ ਕਾਂਗਰਸੀ ਉਮੀਦਵਾਰ ਨੂੰ, ਤੇ ਟੋਟਲ ਦੇ ਵਿੱਚੋਂ 43% ਵੋਟਾਂ ਮਿਲੀਆਂ ਸੀ ਇਕੱਲੇ ਕਾਂਗਰਸੀ ਉਮੀਦਵਾਰ ਨੂੰ, ਤੇ ਦੋਵਾਂ ਬੀਬੀਆਂ ਦੀ ਮਿਲਾ ਕੇ 52% ਵੋਟਾਂ ਬਣਦੀਆਂ ਸੀ। ਗਣਤ ਵਿਗੜ ਗਿਆ ਨਾ। ਅਕਾਲੀ ਦਲ ਨੂੰ ਘਾਟਾ ਕੀ ਹੈ? ਪਹਿਲੀ ਗੱਲ ਤੇ ਇਹ ਆ ਵੀ ਅੰਮ੍ਰਿਤਪਾਲ ਸਿੰਘ 10,000 ਵੋਟ ਖੜੇ, 20,000 ਖੱਟੇ, 30,000 ਖੜੇ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਉਹ ਜਿੰਨੀ ਵੀ ਵੋਟ ਖੜੂਗਾ ਉਹਦਾ ਜਿਹੜਾ ਵਾ ਉਹ ਘੱਟੋ ਘੱਟ 70-75% ਜਿਹੜਾ ਵਾ ਉਹ ਅਕਾਲੀ ਦਲ ਦਾ ਨੁਕਸਾਨ ਕਰੂਗਾ। ਦੂਸਰੀ ਚੀਜ਼, ਜਿਹੜੀ 10-20,000 ਵੋਟ ਬਕਾਇਦਾ ਤੌਰ ਤੇ ਭਾਜਪਾ ਨੇ ਖਾਣੀ ਉਹ ਵੋਟ ਵੀ 2019 ਚ ਇਹਨਾਂ ਅਕਾਲੀਆਂ ਦੀ ਸੀ, ਇਹਨਾਂ ਨੂੰ ਪਈ ਸੀ। ਤੇ ਜੇ ਦੋਹਰੇ ਸੱਟ ਵੱਜਦੀ ਆ ਤੇ ਫਿਰ ਤੁਹਾਨੂੰ ਪਤਾ ਨੁਕਸਾਨ ਤੇ ਬਹੁਤ ਵੱਡਾ ਹੋਊਗਾ ਜੀ। ਦੋਸਤੋ ਜੇ ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹਿਣਾ ਚਾਹੁੰਦੇ ਹੋ 647-367-1320 641-741-1919 ਅਮਰੀਕਾ ਦਾ ਨੰਬਰ ਹੈ। ਇਸ ਹਿੱਸੇ ਨੂੰ ਰੀਮੈਕਸ ਗੋਲਡ ਰਿਐਲਟੀ ਦੇ ਬ੍ਰੋਕਰ ਅਰਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਸਕੇਰਵਨ ਮਿਸੀਸਾਗਾ ਦਾ ਦਿਲ ਉੱਤੋਂ ਚੰਦ ਮਿੰਟਾਂ ਦੀ ਦੂਰੀ 'ਤੇ ਵਾਕਿੰਗ ਡਿਸਟੈਂਸ 'ਤੇ ਹੀ ਤੁਸੀਂ ਕਹਿ ਲਓ ਕਿ ਇੱਕ ਸ਼ਾਨਦਾਰ ਪਲਾਜ਼ਾ, ਇੱਕ ਪਾਸੇ ਕੈਨੇਡੀਅਨ ਟਾਇਰ ਹੈ, ਦੂਜੇ ਪਾਸੇ ਹੋਮ ਡਿਪੂ ਹੈ। ਐਕਸਕਲੂਸਿਵ ਇਸ ਪਲਾਜ਼ੇ ਦੇ ਹੱਕ ਅਰਸ਼ਨਾ ਕੋਲ ਰਾਖਵੇਂ ਹਨ। ਤੁਸੀਂ ਕੋਈ ਵੀ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ, ਰਿਟੇਲ ਡਬਲ ਸਟੋਰੀ ਵੀ ਹਨ। ਜਾਣਕਾਰੀ ਵਾਸਤੇ 416-303
416-303-1515 ਮੇਰਾ ਨੰਬਰ। ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੋਵੇ ਤੁਸੀਂ ਸਵੇਰੇ ਸ਼ਾਮ ਰਾਤ ਨੂੰ 8 to 10 ਸਵੇਰੇ 9 to 11 416-716-7094 ਪਟ ਸਾਹਿਬ ਵੱਖ ਵੱਖ ਆਪਾਂ ਚਰਚਾ ਕਰਦੇ ਰਹਿੰਦੇ ਹਾਂ ਸਮੇਂ ਦਰ ਸਮੇਂ ਔਰ ਤਾਮਿਲਨਾਡੂ ਦੇ ਵਿੱਚ ਪਤਾ ਲੱਗਾ ਕਿ ਸੱਤ ਸਿੱਖ ਲੜ ਰਹੇ ਹਨ ਲੋਕ ਸਭਾ ਦੀਆਂ ਚੋਣਾਂ। ਕਿੰਨੀਆਂ ਕੁ ਸੀਟਾਂ ਨੇ ਜਿਨ੍ਹਾਂ ਤੇ ਪ੍ਰਭਾਵ ਰੱਖਦੇ ਨੇ ਉਸ ਏਰੀਏ ਦੇ ਵਿੱਚ ਸਿੱਖ ਭਾਈਚਾਰਾ? ਵੇਖੋ ਜਿੱਥੋਂ ਤੱਕ ਇਹ ਸਿੱਖ ਨੇ ਆ ਨਾ ਚੋਣਾਂ ਲੜ ਰਹੇ ਨੇ, ਇਹ ਸਿੱਖ ਜਿਹੜੀ ਆ ਸਾਡੇ ਬੈਪਟਾਈਜ਼ ਸਿੱਖ ਨੇ। ਇਹ ਸਿੱਖ ਉਦੋਂ ਸਿੱਖ ਬਣੇ ਨੇ ਜਦੋਂ ਬਕਾਇਦਾ ਤੌਰ ਤੇ ਸਾਡਾ ਇੱਕ ਮੋਰਚਾ ਦਿੱਲੀ ਚ ਲੱਗਾ ਸੀਗਾ ਕਿਸਾਨਾਂ ਦਾ। ਅੱਛਾ। ਉਸ ਕਿਸਾਨਾਂ ਦੇ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਇਹ ਪਹਿਲਾਂ ਬਸਪਾ ਦੇ ਉਮੀਦ ਹੁੰਦੇ ਸੀਗੇ, ਮੈਂਬਰ ਹੁੰਦੇ ਸੀਗੇ। ਅੱਛਾ। ਇਹਨਾਂ ਫਿਰ ਆਪਣੀ ਬਹੁਜਨ ਦਰਾਵੜ ਪਾਰਟੀ ਬਣਾਈ ਇੱਕ ਉੱਥੇ ਇਹਨਾਂ ਨੇ। ਅੱਛਾ ਜੀ। ਇਹਨਾਂ ਪਾਰਟੀ ਬਣਾ ਕੇ ਉਹਦੇ ਤਹਿਤ ਇਹਨਾਂ ਨੇ ਅਮਰਦ ਵੀ ਛਕਿਆ, ਬਕਾਇਦ ਤੌਰ ਤੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਆਏ। ਇਹਨਾਂ ਦੀ ਗਿਣਤੀ ਉੱਥੇ ਕਾਫੀ ਹੋ ਗਈ ਤੇ ਕਈ ਜਿਹੜੇ ਹਾਇਰ ਉੱਚ ਕਲਾਸ ਦੇ ਲੋਕ ਸੀ ਉਹ ਇਹਨਾਂ ਦੀ ਗੱਲ ਵੀ ਪਏ। ਅੱਛਾ। ਵੀ ਤੁਸੀਂ ਧਰਮ ਤਬਦੀਲ ਕੋ ਕੀਤਾ ਆਪਣਾ ਉੱਥੇ? ਨੋ। ਜਿਹੜੇ ਬੰਦੇ ਦਸਤਾਰ ਧਾੜੀ ਸਿੱਖ ਉੱਥੇ ਬਹਿ ਕੇ ਇੰਨੀ ਜੰਗ ਲੜ ਸਕਦੇ ਤੇ ਮੋਦੀ ਵਰਗੇ ਨੂੰ ਝੁਕਾ ਸਕਦੇ ਸੀ, ਉਸ ਧਰਮ ਚ ਕਿਉਂ ਨਾ ਜਾਈਏ? ਇਹਨਾਂ ਦੇ ਪ੍ਰਧਾਨ ਨੇ ਜੀਵਨ ਸਿੰਘ ਤੇ ਜੀਵਨ ਸਿੰਘ ਹੋਰੀ ਇਹ ਕਹਿੰਦੇ ਵੀ ਸਾਡਾ 40 ਸੀਟਾਂ ਦੇ ਪ੍ਰਭਾਵ ਆ ਬਕਾਇਦਾ ਤੌਰ ਤੇ ਇਹ ਸਾਊਥ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਕੇਰਲਾ ਚ, ਝਾਰਖੰਡ ਤੇ ਕਰਨਾਟਕਾ ਦੇ ਵਿੱਚ ਤੇ 7 ਸੀਟਾਂ ਇਹ ਲੜ ਰਹੇ ਨੇ ਆਪ ਦਲਿਤ ਭਾਈਚਾਰੇ ਦੇ ਲੋਕ। ਇੱਕ ਵਿਸ਼ੇਸ਼ ਮੈਸੇਜ ਆ ਉਹਨਾਂ ਲੋਕਾਂ ਵਾਸਤੇ ਵੀ ਸਿੱਖ ਧਰਮ ਕੋਈ ਹੈਗਾ, ਜੇ ਸਿੱਖੀ ਦੇ ਪ੍ਰਚਾਰ ਦੀ ਗੱਲ ਕਰਨੀ ਹੈ ਨਾ, ਅਸੀਂ ਕਹਿੰਦੇ ਉਹ ਕਾਮਰੇਡ ਸੀ ਜੀ ਬੈਠੇ ਜੀ ਉੱਥੇ, ਜਿਹੜੇ ਬੈਠੇ ਜੀ ਦਿੱਲੀ ਜਾ ਕੇ, ਉਹਨਾਂ ਕਾਮਰੇਡ ਨੂੰ ਵੇਖ ਕੇ ਸਿੱਖ ਸੱਜੇ ਨੇ, ਉਹ ਤੁਹਾਡੇ ਵੱਡੇ ਵੱਡੇ ਗਾਤਰਾਂ ਨੂੰ ਵੇਖ ਕੇ ਨੀ ਸੱਜੇ ਸਿੱਖ। ਹੁਣ ਚਲੋ ਜੀ 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 ਸੱਚਾ ਹੀ ਲਿਖਿਆ ਸੀ ਕਿਸੇ ਨੇ, ਉਦੋਂ ਅਖਬਾਰਾਂ ਬੜੀਆਂ ਹੁੰਦੀਆਂ ਸੀ, ਹੁਣ ਤਾਂ ਅਖਬਾਰਾਂ ਦੇ ਬਕਸੇ ਖਾਲੀ ਪਏ ਹੁੰਦੇ ਨੇ। ਕਹਿੰਦਾ ਜਿਹੋ ਜਿਹਾ ਆਪ ਉਹੋ ਜਿਹੇ ਪੱਤਰਕਾਰ ਰੱਖੇ ਇਹਨੇ। ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਕਿਹਾ ਸੁਰਤ ਕੋਈ ਗੱਲ ਨੀ, ਉਹਨਾਂ ਨੂੰ ਵੀ ਕਹਿਣ ਦਾ ਅਧਿਕਾਰ ਆ ਜੀ। ਚਲੋ ਹਾਂਜੀ। ਹੁਣ ਉਹ ਕੀ ਕਹਿੰਦੇ ਵੀ ਲੰਗਰ ਤੇ ਪੰਗਤ ਦਾ ਜਿਹੜਾ ਪ੍ਰਬੰਧ ਆ ਤੁਸੀਂ ਕਸ਼ਿਕ ਕਰ ਰਹੇ, ਸਾਨੂੰ ਇਹਨੇ ਬਹੁਤ ਪ੍ਰਭਾਵਿਤ ਕੀਤਾ ਜੀ ਜੀ। ਵੀ ਜਿੰਨਾ ਮਰਜ਼ੀ ਵੱਡਾ ਬੰਦਾ ਆਵੇ ਜਦੋਂ ਲੰਗਰ ਛਕਣਾ ਸਾਰਿਆਂ ਨੇ ਇੱਕ ਕਤਾਰ ਚ ਬਹਿ ਕੇ ਸਕਦਾ, ਪੰਗਤ ਚ ਬਹਿ ਕੇ ਸਕਦਾ ਜੀ। ਇਹ ਚੀਜ਼ਾਂ ਵਾਕਈ ਕਾਇਲ ਬੰਦੇ ਨੂੰ ਕਰਦੀਆਂ ਨੇ। ਦੁਨੀਆਂ ਭਰ ਦੇ ਵਿੱਚ ਬਹੁਤ ਸਾਰੇ ਲੋਕ ਹੋਰ ਵੀ ਜੋ ਸਿੱਖ ਸੱਜ ਰਹੇ ਨੇ, ਉਹਨਾਂ ਨੂੰ ਇਹੀ ਗੱਲਾਂ ਚੰਗੀਆਂ ਲੱਗਦੀਆਂ ਤੇ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਸੱਜ ਰਹੇ ਨੇ। ਤੇ ਲੇਕਿਨ ਸਾਡੇ ਪਿੰਡਾਂ ਦੇ ਵਿੱਚ ਆਪਾਂ ਅੱਗੇ ਵੀ ਗੱਲ ਕੀਤੀ ਹੈ, ਸਾਡੇ ਕੋਲੋਂ ਕਈ ਪਿੰਡਾਂ ਚ 5 ਪੂਰਨ ਸਿੱਖ ਨੀ ਲੱਭਦੇ, ਬਸ ਉੱਥੇ ਨੌਟੰਕੀ ਜ਼ਿਆਦਾ ਹੋ ਗਈ ਆ। ਸਾਡੇ ਢੱਡੀਆਂ ਵਾਲਾ ਤਾਂ ਕਹਿੰਦਾ ਸੀ ਮੈਂ ਲੱਖਾਂ ਨੂੰ ਸਿਖਾ ਦਿੱਤੇ, ਲੱਭਦਾ ਹੀ ਕੋਈ ਨਹੀਂ। ਚਲੋ ਉਹ ਵੀ ਸੱਚ ਬੋਲਦਾ ਹੋਊਗਾ, ਬਾਹਰ ਆ ਗਏ ਹੋਣੇ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਸਾਹਿਬ ਸਟੇਜ ਤੋਂ ਬੇਹੋਸ਼ ਹੋਏ ਨੇ। ਗਰਮੀ ਕਾਫੀ ਪੈ ਰਹੀ ਹੈ ਕਿਉਂਕਿ ਵਰਕ ਵੀ ਹਾਰਡ ਕਰਨਾ ਪੈਂਦਾ, ਇੰਨਾ ਸਖਤ ਕੰਮ ਕਰਨਾ ਪੈਂਦਾ, 4.5 ਸਾਲ ਮੌਜਾਂ ਮਾਣੀਆਂ ਨੇ। ਕੀ ਕਹਿਣਾ ਚਾਹੋਗੇ? ਬਿਲਕੁਲ ਵੇਖੋ, ਇਹ ਬਕਾਇਦਾ ਤੌਰ ਤੇ ਮਹਾਰਾਸ਼ਟਰ ਦੇ ਜਵਤਮਾਲ ਦੇ ਵਿੱਚ ਇੱਕ ਚੋਣ ਰੈਲੀ ਸੀ, ਉਹਨੂੰ ਸੰਬੋਧਨ ਕਰ ਰਹੇ ਸੀ।
ਸੰਬੋਧਨ ਕਰਦਿਆਂ ਕਰਦਿਆਂ ਅਚਾਨਕ ਇਹ ਬੇਹੋਸ਼ ਹੋ ਜਾਂਦੇ ਨੇ। ਇਮੀਡੀਏਟਲੀ ਜਿਹੜੀ ਸਿਕਿਉਰਿਟੀ ਵਾਲੇ ਹੁੰਦੇ ਹੋਰ ਲੋਕ ਸੰਭਾਲਦੇ ਨੇ, ਸੰਭਾਲਣ ਤੋਂ ਬਾਅਦ ਇਹਨਾਂ ਨੂੰ ਹੋਸਪਿਟਲ ਵੀ ਲੈ ਕੇ ਜਾਂਦੇ ਆ, ਥੋੜ੍ਹਾ ਟ੍ਰੀਟ ਕਰਦੇ ਆ ਅਤੇ ਉੱਠ ਕੇ ਰਮਾਨ ਨਾਲ ਫਿਰ ਬਹਿ ਜਾਂਦੇ ਅਤੇ ਫਿਰ ਪੋਸਟ ਪਾਉਂਦੇ ਆਪ ਪੋਸਟ ਪਾਉਂਦੇ ਐਕਸ ਦੇ ਵੀ ਆਏ, ਮੇਰੇ ਨਾਲ ਘਟਨਾ ਵਾਪਰੀ ਆ, ਵਾਕਿਆ ਮੈਂ ਉੱਥੇ ਬੇਹੋਸ਼ ਹੋਇਆ ਸੀਗਾ, ਲੇਕਿਨ ਮੈਂ ਬਿਲਕੁਲ ਠੀਕ ਠੀਕ ਆ ਅਤੇ ਹੁਣ ਮੈਂ ਅਗਲੀ ਰੈਲੀ ਵਰੂੜ ਚੋਰੀ ਉੱਧਰ ਰਵਾਨਾ ਹੋ ਗਿਆ। ਹੁਣ ਉਹ ਇਹਦਾ ਪਹਿਲੀ ਵਾਰੀ ਨਹੀਂ, 2018 ਦੇ ਵਿੱਚ ਵੀ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਹ ਸੰਬੋਧਨ ਕਰ ਰਹੇ ਸੀ, ਉਦੋਂ ਵੀ ਬੇਹੋਸ਼ ਹੋਏ ਸੀ। ਤੇ ਸ਼ੂਗਰ ਵੱਧਦੀ ਘੱਟ ਰਹੀ ਆ, ਸ਼ੂਗਰਾਂ ਦੀ ਘੱਟ ਹੋਣ ਕਰਕੇ ਜਿਹੜਾ ਸੀ ਇਹਨਾਂ ਨੂੰ ਬੇਹੋਸ਼ ਹੋ ਗਏ ਅਤੇ ਇਹਨਾਂ ਨੂੰ ਪਾਣੀ ਪੂਣੀ ਪਿਲਾਇਆ ਅਤੇ ਫਿਰ ਠੀਕ ਹੋ ਗਏ। ਇਸ ਕਰਕੇ ਇਹ ਅੱਜ ਐਤਕੀ ਜੇ ਕਹਿ ਦਈਏ ਨਾ, ਅਗਲੀ ਵਾਰੀ ਐਤਕੀ 2024 ਦੇ ਵਿੱਚ ਪੋਸੀਬਿਲਿਟੀ ਆ ਵੀ ਬੀਜੇਪੀ ਦਾ ਜਾਂ ਭਾਜਪਾ ਦਾ ਇਹ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣ ਸਕਦਾ। ਕੇਂਦਰੀ ਟਰਾਂਸਪੋਰਟ ਮਨਿਸਟਰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣ ਸਕਦਾ। ਅੱਛਾ, ਜਸਬੀਰ ਸਿੰਘ ਜੱਸੀ ਖੰਗੂੜਾ ਜਦੋਂ ਆਮ ਆਦਮੀ 'ਚ ਆਏ ਸੀ ਉਦੋਂ ਵੀ ਹੈਰਾਨਗੀ ਜੀ ਤਾਂ ਹੋਈ ਸੀ, ਚਲੋ ਇਹ ਰਾਜਨੀਤਿਕ ਲੋਕ ਨੇ, ਇਹਨਾਂ ਨੇ ਦਲ ਬਦਲਣੇ ਹੁੰਦੇ ਨੇ, ਇਹਨੂੰ ਛੁਪੇ ਵੀ ਕਿਹਾ ਜਾਂਦਾ। ਹੁਣ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਲੁਧਿਆਣਾ ਤੋਂ, ਅਗੇਨ ਕਾਂਗਰਸ ਪਾਰਟੀ ਵੱਲ ਹੋ ਸਕਦੇ ਨੇ ਮੈਦਾਨ ਦੇ ਵਿੱਚ ਚੋਣ ਲੜ ਸਕਦੇ ਨੇ, ਕੀ ਕਹਿਣਾ ਚਾਹੋਗੇ? ਬੇਸਿਕਲੀ ਇਹ ਬੰਦਾ ਜਿਹੜਾ ਵਾ ਇਹ ਕੈਰੋਂ ਵਾਲਿਆਂ ਦਾ ਜਵਾਈ ਹੈ। ਹਾਂ, ਗੁਰਿੰਦਰ ਸਿੰਘ ਕੈਰੋਂ ਦਾ ਜਵਾਈ ਹੈ ਤੇ ਗੁਰਿੰਦਰ ਸਿੰਘ ਕੈਰੋਂ ਨੇ ਦੋ ਵਾਰੀ ਇੱਥੇ MP ਦੀ ਚੋਣ ਲੜੀ ਸੀ, ਉਹਦਾ ਚੋਣ ਇੰਚਾਰਜ ਹੁੰਦਾ ਸੀ, ਲੜੀ ਵੀ ਕਾਂਗਰਸ ਵੱਲੋਂ ਸੀ ਤੇ ਭਰਾ ਦੇ ਖਿਲਾਫ਼ ਲੜੀ ਸੀ ਸੁਰਿੰਦਰ ਕੈਰੋਂ ਦੇ ਖਿਲਾਫ਼, ਤੇ ਇਹ ਉਦੋਂ ਵੀ ਕਾਫ਼ੀ ਤਿੱਖਾ ਸੀਗਾ, ਕਾਫ਼ੀ ਕੰਮ ਕਰਦਾ, ਇਹਦੀ ਵਾਈਫ ਵੀ ਕਾਫ਼ੀ ਕੰਮ ਕਰਦੀ ਸੀਗੀ ਤੇ ਇਹਨੇ 2007 ਦੇ ਵਿੱਚ ਬਕਾਇਦਾ ਤੌਰ ਤੇ ਰਾਏਪੁਰ ਤੋਂ ਚੋਣ ਲੜੀ ਤੇ ਇਹ ਜਿੱਤ ਗਿਆ ਸੀ ਕਾਂਗਰਸ ਵੱਲੋਂ। 2012 ਦੇ ਵਿੱਚ ਦਾਖਾ ਤੋਂ ਚੋਣ ਲੜੀ ਤੇ ਇਹ ਹਾਰ ਗਿਆ। ਚਲੋ, ਇਹਦੀ ਮਦਰ ਨੇ ਵੀ ਚੋਣ ਲੜੀ ਸੀ, ਉਹ ਵੀ ਜਿੱਤ ਗਈ ਸੀ। ਇਹ ਪੁਰਾਣਾ ਕਾਂਗਰਸੀ ਪਰਿਵਾਰ ਆ, ਕੱਟੜ ਕਾਂਗਰਸੀ ਆ ਤੇ 2 ਸਾਲ ਪਹਿਲਾਂ ਇਹ ਕਾਂਗਰਸ ਛੱਡ ਕੇ ਤੇ ਚਲੇ ਗਿਆ ਸੀ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਚ। ਇਹਨੇ ਕੁਛ ਨੀ ਸਿੱਖਿਆ, ਇਹਨੇ ਇਹ ਕੋਈ ਗੱਲ ਨੀ ਸੀ ਕੀਤੀ, ਕਹਿੰਦੇ ਜੀ ਮੈਂ ਧੰਨਵਾਦ ਕਰਦਾ ਇਸ ਪਾਰਟੀ ਚ ਰਿਹਾ, ਮੈਂ ਕੋਈ ਗੱਲ ਨੀ ਛੱਡ ਕੇ ਜਾ ਰਿਹਾ, ਠੀਕ ਹੈ, ਮੇਰਾ ਕੋਈ ਗੁੱਸਾ ਗੱਲਾਂ ਨੀ ਕਰ, ਮੇਰੇ ਮੈਂ ਕੋਈ ਇਲਜ਼ਾਮ ਨੀ ਮਿਲਿਆ। ਪਤਾ ਅੱਜ ਵੀ ਜਦੋਂ ਪਾਰਟੀ ਛੱਡੀ ਆ ਟਾਈਮ ਕੱਢਣਾ ਵਾਪਸ ਆਉਣਾ ਨਹੀਂ, ਅੱਜ ਵੀ ਜਦੋਂ ਪਾਰਟੀ ਦੱਸੀ ਆ ਅੱਜ ਵੀ ਉਹ ਕੁਛ ਸਿੱਖਿਆ ਜੋ 2 ਸਾਲ ਪਹਿਲਾਂ ਕਿਹਾ ਸੀ, ਅੱਜ ਵੀ ਉਹੀ ਕਲਮ ਚ ਵਰਤੇ ਆ। ਉਦੋਂ ਵੀ ਇਹ ਗੱਲ ਕਹੀ ਸੀ ਵੀ ਮੈਂ ਕੋਈ ਸਿਆਸੀ ਪਾਰਟੀ ਜੁਆਇਨ ਨਹੀਂ ਕਰੂੰਗਾ, ਮੈਂ ਆਪਣਾ ਕਾਰੋਬਾਰ ਵੇਖੂ, ਮੈਂ ਰੈਗੂਲਰ ਕੋਈ ਪੋਲੀਟੀਕਲ ਬੰਦਾ ਨਹੀਂ ਹੈਗਾ। ਅੱਜ ਵੀ ਇਹੀ ਗੱਲ ਕਹੀ ਹੈ ਵੀ ਮੈਂ ਰੈਗੂਲਰ ਪੋਲੀਟੀਕਲ ਬੰਦਾ ਨਹੀਂ ਹੈਗਾ, ਮੈਂ ਕੋਈ ਸਿਆਸੀ ਪਾਰਟੀ ਜੁਆਇਨ ਨਹੀਂ ਕਰੂੰਗਾ ਤੇ ਮੈਂ ਤੇ ਹੁਣ ਗੋਲਫ ਖੇਡੂੰਗਾ, ਆਪਣੀ ਸਰੀਰ ਫਿੱਟ ਕਰੂੰਗਾ ਤੇ ਆਪਣਾ ਕਾਰੋਬਾਰ ਚੱਕੂ। ਕਿਆ ਬਾਤ ਹੈ, ਚਲੋ। ਲੇਕਿਨ ਜਦੋਂ ਪੁੱਛਿਆ ਗਿਆ ਉਹਨਾਂ ਨੂੰ ਵੀ ਭਾਈ ਸਾਹਿਬ ਨਹੀਂ ਏਦਾਂ ਨੀ ਗੱਲ ਬਣਦੀ ਵੀ ਕੀ ਤੁਹਾਡੀ ਵਾਪਸੀ ਹੋ ਸਕਦੀ ਕਿਸੇ ਪਾਰਟੀ, ਕਹਿੰਦਾ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ। ਠੀਕ ਹੈ, ਇਹਨੂੰ ਤਾਂ ਰਾਜਨੀਤੀ ਕਹਿੰਦੀ ਹਰ ਸ਼ਬਦ ਨਾਪ ਤੋਲ ਕੇ ਬੋਲਣ। ਹੁਣ ਵੇਖੋ ਹੁਣ ਕੀ
ਲੁਧਿਆਣਾ ਖਾਲੀ ਪਿਆ ਅਜੇ ਤੱਕ। ਉਹਨਾਂ ਅਨਾਊਂਸ ਕਾਂਗਰਸ ਨੇ ਇਹਨਾਂ ਦੇ ਬਕਾਇਦਾ ਤੌਰ ਤੇ ਜਿਹੜੀ ਆ ਕਾਂਗਰਸ ਵਾਲੇ ਆਪਣਾ ਉਮੀਦਵਾਰ ਨਹੀਂ ਲਾਉਂਦੇ ਹਨ। ਹੁਣ ਬਕਾਇਦਾ ਤੌਰ ਤੇ ਇਹ ਝਾਕ ਉੱਥੇ ਵੀ ਲੁਧਿਆਣੇ ਮੈਨੂੰ ਐਮ ਪੀ ਦੀ ਟਿਕਟ ਮਿਲ ਜੇ ਤੇ ਮਾਇਆ ਸ਼ਾਹ ਆਪਣੇ ਕੋਲ ਹੈਗੀ ਤੇ ਇਸ ਵੇਲੇ ਵੇਵ ਆ ਕਾਂਗਰਸ ਦੀ ਤੇ ਆਪਣੀ ਗੱਲ ਬਣ ਸਕਦੀ ਹੈ, ਚੰਗੀ ਗੱਲ ਜੁਆਇਨ ਕਰ ਜਾਓ। ਤੇ ਜਿਹੜੇ ਬੰਦੇ ਇਹੋ ਜਿਹੇ ਉੱਪਰਲੀ ਹਵਾ ਵਾਲੇ ਹੁੰਦੇ ਟਿਕਟਾਂ ਵੀ ਲੈ ਆਉਂਦੇ ਹੁੰਦੇ ਆ। ਬਿਲਕੁਲ ਬਿਲਕੁਲ ਬਿਲਕੁਲ, ਇਸ ਕਰਕੇ ਉਹਦੀ ਆਖਿਆ ਇਸ ਵੇਲੇ ਲੁਧਿਆਣੇ ਦੀ ਸੀਟ ਤੇ। ਬਹੁਤ ਸ਼ੁਕਰੀਆ ਪੱਟੀ ਸਾਹਿਬ, ਸ਼ਾਮ ਨੂੰ ਮਿਲਦੇ ਹਾਂ, ਫਿਰ ਕੱਲ੍ਹ ਮਿਲਦੇ ਹਾਂ ਇਸ ਟਾਈਮ 'ਤੇ ਫਿਰ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ, ਸ਼ੁਕਰੀਆ। ਇਹ ਸਨ ਜੀ ਸਰਦਾਰ ਜਸਵੀਰ ਸਿੰਘ ਜੀ ਪੱਟੀ, ਹੁਣ ਆਗਿਆ ਲੈਂਦੇ ਹਾਂ। ਸਵੇਰੇ 9 ਤੋਂ 11 ਸੁਣਦੇ ਹੋ, ਜਿਹੜੇ ਸੈਂਕੜੇ ਪਰਿਵਾਰ ਸਾਨੂੰ ਸੁਣ ਰਹੇ ਸੀ ਫੋਨ 'ਤੇ, ਉਹਨਾਂ ਦਾ ਵੀ ਧੰਨਵਾਦ। ਅਗਾਂਹ ਵੀ ਸ਼ੇਅਰ ਕਰ ਦਿਆ ਕਰੋ ਨੰਬਰ, ਸ਼ੁਕਰੀਆ ਅਦਾ ਕਰਾਂਗੇ। ਭੁੱਲੋ ਚੁੱਕਾਂ ਦੀ ਮਾਫੀ ਦਿਓ, ਛੁੱਟੀਆਂ, ਰੱਬ ਰਾਖਾ, ਸਤਿ ਸ੍ਰੀ ਅਕਾਲ। You're listening to CNN Toronto, Chawla News Network, Toronto.